ਨਵੀਂ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ 4 ਕਮੇਟੀਆਂ ਦੀ ਪ੍ਰਧਾਨਗੀ ਕਰਨ ਵਾਲੀ ਹੈ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਸਿੱਖਿਆ ਦੇ ਨਾਲ ਨਾਲ ਹੋਰ ਵੀ ਕਈ ਮੰਤਰਾਲੇ ਨੇ ਜਿੱਥੇ ਕਿ ਪ੍ਰਧਾਨਗੀ ਕੀਤੀ ਜਾਵੇਗੀ ਕਾਂਗਰਸ ਪਾਰਟੀ ਦੇ ਵੱਲੋਂ। ਇਸ ਪੂਰੇ ਮਾਮਲੇ ਸੰਬੰਧੀ ਇੱਕ ਰਿਪੋਰਟ ਆਈ ਹੈ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਦੇ ਵਿੱਚ ਕਾਂਗਰਸ 4 ਸੰਸਦੀ ਕਮੇਟੀ ਦੀ ਪ੍ਰਧਾਨਗੀ ਕਰੇਗੀ। ਸਰਕਾਰ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਨੂੰ ਲੋਕ ਸਭਾ ਦੇ ਵਿੱਚ ਵਿਦੇਸ਼, ਪੇਂਡੂ ਵਿਕਾਸ, ਖੇਤੀਬਾੜੀ ਅਤੇ ਰਾਜ ਸਭਾ ਦੇ ਵਿੱਚ ਸਿੱਖਿਆ ਸੰਬੰਧੀ ਸਥਾਈ ਕਮੇਟੀ ਦੀ ਪ੍ਰਧਾਨਗੀ ਮਿਲੀ ਹੈ। ਹਾਲਾਂਕਿ ਕਾਂਗਰਸ ਨੂੰ 5 ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਉਮੀਦ ਹੈ। ਸੰਸਦ ਦੀਆਂ ਵਿਭਾਗਾਂ ਤੇ ਸਥਾਈ ਕਮੇਟੀਆਂ ਵੱਖ ਵੱਖ ਕੇਂਦਰੀ ਮੰਤਰਾਲਿਆਂ ਦੇ ਨਾਲ ਨਜਿੱਠਦੀਆਂ ਹਨ ਤੇ ਉਹਨਾਂ ਦੀ ਬਜਟ ਅਲਾਟਮੈਂਟ ਅਤੇ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲਾਂ ਦੀ ਜਾਂਚ ਕਰਦੀਆਂ ਨੇ। ਕਮੇਟੀਆਂ ਸਰਕਾਰ ਨੂੰ ਅਹਿਮ ਮੁੱਦਿਆਂ ਤੇ ਬਿੱਲ ਲਿਆਉਣ ਦੇ ਲਈ ਨੀਤੀਆਂ ਬਣਾਉਣ ਦੀ ਵੀ ਸਲਾਹ ਦਿੰਦੀਆਂ ਹਨ। ਵਿਧਾਨ ਵਿਭਾਗਾਂ ਦੇ ਨਾਲ ਸੰਬੰਧਿਤ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਕਾਫ਼ੀ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਦੋਹਾਂ ਦਰਮਿਆਨ ਵਿਦੇਸ਼, ਰੱਖਿਆ, ਵਿੱਤ ਅਤੇ ਗ੍ਰਹਿ ਵਰਗੀਆਂ ਪ੍ਰਮੁੱਖ ਕਮੇਟੀਆਂ ਤੇ ਕੰਟਰੋਲ ਨੂੰ ਲੈ ਕੇ ਸਖ਼ਤ ਮੁਕਾਬਲਾ ਸੀ। ਹਾਲੇ ਤੱਕ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਰਾਜ ਸਭਾ ਦੀ ਵਾਤਾਵਰਣ, ਜੰਗਲਾਤ ਤੇ ਸਥਾਈ ਕਮੇਟੀ ਤੇ ਅਭਿਸ਼ੇਕ ਸਿੰਘਵੀ ਨੇ ਵਣਜ ਤੇ ਕਮੇਟੀ ਦੀ ਪ੍ਰਧਾਨਗੀ ਕੀਤੀ। ਇਸਦੇ ਨਾਲ ਹੀ ਸ਼ਸ਼ੀ ਥਰੂਰ ਨੇ ਰਸਾਇਣ ਅਤੇ ਫਰਟੀਲਾਈਟਰ ਵਿਭਾਗ ਤੇ ਸੰਬੰਧਿਤ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲੀ ਹੈ। ਦੱਸਿਆ ਜਾਂਦਾ ਹੈ ਕਿ ਲੋਕ ਸਭਾ ਦੇ ਗਠਨ ਤੋਂ ਬਾਅਦ ਸਥਾਈ ਕਮੇਟੀਆਂ ਦੇ ਗਠਨ ਦੇ ਵਿੱਚ ਸਮਾਜਵਾਦੀ ਪਾਰਟੀ, DMK ਅਤੇ ਤ੍ਰਿਮੂਲ ਕਾਂਗਰਸ ਨੂੰ ਵੀ ਇੱਕ ਇੱਕ ਸਥਾਈ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸੰਸਦ ਵਿੱਚ ਵਿਭਾਗਾਂ ਦੇ ਨਾਲ ਸੰਬੰਧਿਤ ਕੁੱਲ 24 ਸਥਾਈ ਕਮੇਟੀਆਂ ਨੇ। ਲੋਕ ਸਭਾ ਦੇ ਅਧੀਨ 16 ਅਤੇ ਰਾਜ ਸਭਾ ਦੇ ਅਧੀਨ 8 ਸਥਾਈ ਕਮੇਟੀਆਂ ਹੁੰਦੀਆਂ ਨੇ। ਇਹਨਾਂ 'ਚੋਂ ਹਰ ਇੱਕ ਕਮੇਟੀ 'ਚ 31 ਮੈਂਬਰ ਹੁੰਦੇ ਨੇ, ਜਿਹਨਾਂ ਦੇ ਵਿੱਚ 21 ਲੋਕ ਸਭਾ ਤੋਂ ਅਤੇ 10 ਰਾਜ ਸਭਾ ਤੋਂ ਹੁੰਦੇ ਨੇ, ਜਿਹਨਾਂ ਨੂੰ ਪਾਰਟੀਆਂ ਦੀ ਸਲਾਹ 'ਤੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਨਾਮਜ਼ਦ ਕਰਦੇ ਨੇ। ਇਹਨਾਂ ਕਮੇਟੀਆਂ ਦਾ ਕਾਰਜਕਾਲ 1 ਸਾਲ ਦਾ ਹੁੰਦਾ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਹਾਲ ਹੀ ਦੇ ਵਿੱਚ ਕਿਹਾ ਕਿ ਸਥਾਈ ਕਮੇਟੀਆਂ ਦੇ ਗਠਨ 'ਚ ਕੋਈ ਦੇਰੀ ਨਹੀਂ ਹੋਈ ਹੈ ਅਤੇ ਰਵਾਇਤ ਅਨੁਸਾਰ ਸਤੰਬਰ ਮਹੀਨੇ ਦੇ ਅੰਤ ਤੱਕ ਉਹਨਾਂ ਦਾ ਗਠਨ ਜਿਹੜਾ ਹੈ ਉਹ ਕੀਤਾ ਜਾਵੇਗਾ। ਅਤੇ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ 4 ਕਮੇਟੀਆਂ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੂੰ ਮਿਲਣ ਜਾ ਰਹੀ ਹੈ। ਨਵੀਂ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ 4 ਕਮੇਟੀਆਂ ਦੀ ਪ੍ਰਧਾਨਗੀ ਕਰਨ ਵਾਲੀ ਹੈ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਵਿਦੇਸ਼, ਸਿੱਖਿਆ ਦੇ ਨਾਲ ਨਾਲ ਹੋਰ ਵੀ ਕਈ ਮੰਤਰਾਲੇ ਨੇ ਜਿੱਥੇ ਕਿ ਪ੍ਰਧਾਨਗੀ ਕੀਤੀ ਜਾਵੇਗੀ ਕਾਂਗਰਸ ਪਾਰਟੀ ਦੇ ਵੱਲੋਂ। ਇਸ ਪੂਰੇ ਮਾਮਲੇ ਸੰਬੰਧੀ ਇੱਕ ਰਿਪੋਰਟ ਆਈ ਹੈ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਦੇ ਵਿੱਚ ਕਾਂਗਰਸ 4 ਸੰਸਦੀ ਕਮੇਟੀ ਦੀ ਪ੍ਰਧਾਨਗੀ ਕਰੇਗੀ। ਸਰਕਾਰ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਨੂੰ ਲੋਕ ਸਭਾ ਦੇ ਵਿੱਚ ਵਿਦੇਸ਼, ਪੇਂਡੂ ਵਿਕਾਸ, ਖੇਤੀਬਾੜੀ ਅਤੇ ਰਾਜ ਸਭਾ ਦੇ ਵਿੱਚ ਸਿੱਖਿਆ ਸੰਬੰਧੀ ਸਥਾਈ ਕਮੇਟੀ ਦੀ ਪ੍ਰਧਾਨਗੀ ਮਿਲੀ ਹੈ। ਹਾਲਾਂਕਿ ਕਾਂਗਰਸ ਨੂੰ 5 ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਉਮੀਦ ਹੈ। ਸੰਸਦ ਦੀਆਂ ਵਿਭਾਗਾਂ ਤੇ ਸਥਾਈ ਕਮੇਟੀਆਂ ਵੱਖ ਵੱਖ ਕੇਂਦਰੀ ਮੰਤਰਾਲਿਆਂ ਦੇ ਨਾਲ ਨਜਿੱਠਦੀਆਂ ਹਨ ਤੇ ਉਹਨਾਂ ਦੀ ਬਜਟ ਅਲਾਟਮੈਂਟ ਅਤੇ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲਾਂ ਦੀ ਜਾਂਚ ਕਰਦੀਆਂ ਨੇ। ਕਮੇਟੀਆਂ ਸਰਕਾਰ ਨੂੰ ਅਹਿਮ ਮੁੱਦਿਆਂ ਤੇ ਬਿੱਲ ਲਿਆਉਣ ਦੇ ਲਈ ਨੀਤੀਆਂ ਬਣਾਉਣ ਦੀ ਵੀ ਸਲਾਹ ਦਿੰਦੀਆਂ ਹਨ। ਵਿਧਾਨ ਵਿਭਾਗਾਂ ਦੇ ਨਾਲ ਸੰਬੰਧਿਤ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਕਾਫ਼ੀ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਦੋਹਾਂ ਦਰਮਿਆਨ ਵਿਦੇਸ਼, ਰੱਖਿਆ, ਵਿੱਤ ਅਤੇ ਗ੍ਰਹਿ ਵਰਗੀਆਂ ਪ੍ਰਮੁੱਖ ਕਮੇਟੀਆਂ ਤੇ ਕੰਟਰੋਲ ਨੂੰ ਲੈ ਕੇ ਸਖ਼ਤ ਮੁਕਾਬਲਾ ਸੀ। ਹਾਲੇ ਤੱਕ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਰਾਜ ਸਭਾ ਦੀ ਵਾਤਾਵਰਣ, ਜੰਗਲਾਤ ਤੇ ਸਥਾਈ ਕਮੇਟੀ ਤੇ ਅਭਿਸ਼ੇਕ ਸਿੰਘਵੀ ਨੇ ਵਣਜ ਤੇ ਕਮੇਟੀ ਦੀ ਪ੍ਰਧਾਨਗੀ ਕੀਤੀ। ਇਸਦੇ ਨਾਲ ਹੀ ਸ਼ਸ਼ੀ ਥਰੂਰ ਨੇ ਰਸਾਇਣ ਅਤੇ
ਫਰਟੀਲਾਈਜ਼ਰ ਵਿਭਾਗ ਤੇ ਸੰਬੰਧਿਤ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲੀ ਹੈ। ਦੱਸਿਆ ਜਾਂਦਾ ਹੈ ਕਿ ਲੋਕ ਸਭਾ ਦੇ ਗਠਨ ਤੋਂ ਬਾਅਦ ਸਥਾਈ ਕਮੇਟੀਆਂ ਦੇ ਗਠਨ ਦੇ ਵਿੱਚ ਸਮਾਜਵਾਦੀ ਪਾਰਟੀ, DMK ਅਤੇ ਤ੍ਰਿਮੂਲ ਕਾਂਗਰਸ ਨੂੰ ਵੀ ਇੱਕ ਇੱਕ ਸਥਾਈ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸੰਸਦ ਵਿੱਚ ਵਿਭਾਗਾਂ ਦੇ ਨਾਲ ਸੰਬੰਧਿਤ ਕੁੱਲ 24 ਸਥਾਈ ਕਮੇਟੀਆਂ ਨੇ। ਲੋਕ ਸਭਾ ਦੇ ਅਧੀਨ 16 ਅਤੇ ਰਾਜ ਸਭਾ ਦੇ ਅਧੀਨ 8 ਸਥਾਈ ਕਮੇਟੀਆਂ ਹੁੰਦੀਆਂ ਨੇ। ਇਹਨਾਂ 'ਚੋਂ ਹਰ ਇੱਕ ਕਮੇਟੀ 'ਚ 31 ਮੈਂਬਰ ਹੁੰਦੇ ਨੇ, ਜਿਹਨਾਂ ਦੇ ਵਿੱਚ 21 ਲੋਕ ਸਭਾ ਤੋਂ ਅਤੇ 10 ਰਾਜ ਸਭਾ ਤੋਂ ਹੁੰਦੇ ਨੇ, ਜਿਹਨਾਂ ਨੂੰ ਪਾਰਟੀਆਂ ਦੀ ਸਲਾਹ 'ਤੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਨਾਮਜ਼ਦ ਕਰਦੇ ਨੇ। ਇਹਨਾਂ ਕਮੇਟੀਆਂ ਦਾ ਕਾਰਜਕਾਲ 1 ਸਾਲ ਦਾ ਹੁੰਦਾ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਹਾਲ ਹੀ ਦੇ ਵਿੱਚ ਕਿਹਾ ਕਿ ਸਥਾਈ ਕਮੇਟੀਆਂ ਦੇ ਗਠਨ 'ਚ ਕੋਈ ਦੇਰੀ ਨਹੀਂ ਹੋਈ ਹੈ ਅਤੇ ਰਵਾਇਤ ਅਨੁਸਾਰ ਸਤੰਬਰ ਮਹੀਨੇ ਦੇ ਅੰਤ ਤੱਕ ਉਹਨਾਂ ਦਾ ਗਠਨ ਜਿਹੜਾ ਹੈ ਉਹ ਕੀਤਾ ਜਾਵੇਗਾ। ਅਤੇ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ 4 ਕਮੇਟੀਆਂ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੂੰ ਮਿਲਣ ਜਾ ਰਹੀ ਹੈ।